वेलकम बैक टू द चैनल मेरा नाम है खुला, रखता हूं तो क्या हाल चाल है यार तुम लोगों के मैं नहीं बताऊंगा मत बताओ आई होप तुम लोग अपनी जिंदगी में मौज कर रहे होगे। मौज मौज कर दी। कर वाह वाह बेटे मैं बाय द वे वीडियो में आगे बढ़ने से पहले चैनल पे अगर नए हो तो चैनल को सब्सक्राइब कर दो और लाइक के बटन को भी तोड़ दो फोड़ दो लेकिन लाइक हो जाना चाहिए एक बात नहीं कर सकते ਤੂੰ ਕਨਫਿਊਜ਼ ਕਰ ਰਿਹਾ ਏ ਮੈਨੂੰ ਅਰੇ ਕਨਫਿਊਜ਼ ਨਹੀਂ ਹੋਣਾ ਹੈ ਬਸ ਸਬਸਕ੍ਰਾਈਬ ਔਰ ਲਾਈਕ ਕਰਨਾ ਹੈ ਹੈਲੋ 12th ਕਲਾਸ ਆਰਟਸ ਵਾਲੇ ਬੱਚੇ ਤੁਹਾਡਾ ਕੀ ਹਾਲ ਚਾਲ ਹੈ ਤੁਹਾਡਾ ਸਾਰਾ ਸਵਾਗਤ ਕਰਦੇ ਆ ਕਚੂਰਾ ਟੀਚਰ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤਾਂ ਇੱਕ ਵਾਰੀ ਦਬਾ ਕੇ ਲਾਈਕ ਥੋਕ ਦਿਓ ਸਾਡੀ ਵੀਡੀਓ ਤੇ ਪਤਾ ਚੱਲ ਜਾਵੇ ਕਿ ਕਿ ਆਰਟਸ ਦੇ ਬੱਚੇ ਵੀ ਕਚੂਰਾ ਟੀਚਰ ਚੈਨਲ ਤੇ ਹੈਗੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਹਿਸਟਰੀ ਦਾ ਪੇਪਰ ਜਿਹੜਾ ਆ ਆਪ ਅਪਲੋਡ ਕਰ ਰਹੇ ਆ ਤੇ ਅੱਜ ਦਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਤੁਹਾਡਾ ਕਿਵੇਂ ਹੋਇਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਦੱਸ ਦਈਏ ਇਹ ਇੱਕ ਐਡਿਟ ਕੀਤਾ ਹੋਇਆ ਸੈਂਪਲ ਪੇਪਰ ਜੋ ਕਿ ਬੱਚੇ ਕਿਸੇ ਨੇ ਐਡਿਟ ਕਰਕੇ ਟੈਲੀਗ੍ਰਾਮ ਤੇ ਪਾਇਆ ਹੈ ਮੈਨੂੰ ਲੱਗਦਾ ਇਹ ਪੰਜਾਬ ਐਜੂਕਾਰਾ ਵਾਲਾ ਆ ਤਾ ਤੁਹਾਨੂੰ ਦੱਸ ਦੇਵਾਂ ਜਿਹੜਾ ਪੇਪਰ ਬਣ ਕੇ ਆ ਰਿਹਾ ਹੈ ਬੋਰਡ ਵੱਲੋਂ ਸਾਰੇ ਦਾ ਸਾਰਾ ਪੰਜਾਬ ਐਜੂਕਰ ਐਪ ਵਿੱਚ ਵਾਲੇ ਮਾਡਲ ਟੈਸਟ ਪੇਪਰਾਂ ਦੇ ਵਿੱਚੋਂ ਹੀ ਆ ਰਿਹਾ ਆ 10th ਕਲਾਸ ਦਾ 15 ਤੋਂ 20 ਨੰਬਰ ਦਾ ਆ ਰਿਹਾ ਆ ਤੇ ਤੁਹਾਡਾ ਵੀ ਦੱਸ ਤੋਂ 15 20 ਨੰਬਰ ਦਾ ਆ ਰਿਹਾ ਆ ਮਾਡਲ ਟੈਸਟ ਪੇਪਰਾਂ ਦੇ ਵਿੱਚੋਂ ਇਸ ਲਈ ਸਾਰੀ ਤਿਆਰੀ ਆਪਣੀ ਨਵਜ ਕਰਨੀ ਆ ਤਾਂ ਭਾਗ ਊੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਪੰਜ ਕੋਸ਼ਨ ਆਪਾਂ ਨੂੰ ਇੱਕ ਇੱਕ ਮਾਰਕਸ ਵਾਲੇ ਪੁੱਛਿਆ ਤੇ ਭਾਗ ਐੜੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿਸੇ पांच प्रश्न ਦਾ ਉੱਤਰ 40-50 ਸ਼ਬਦਾਂ ਵਿੱਚ ਲਿਖੋ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੇ ਨੋਟ ਲਿਖੋ ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ਸਰਬਤ ਖਾਲਸਾ ਉੱਤੇ ਨੋਟ ਲਿਖੋ ਅੰਮ੍ਰਿਤਸਰ ਦੀ ਸੰਧੀ 1809 ਦੀਆਂ ਤਿੰਨ ਸ਼ਰਤਾਂ ਲਿਖੋ ਇਹ ਸਾਰੇ ਦਾ ਸਾਰਾ ਪੰਜਾਬ ਐਜੂਕਰ ਐਪ ਵਾਲਾ ਜਿਹੜਾ ਸਿੰਪਲ ਪੇਪਰ ਉਹੀ ਆ ਇਸ ਦੀ ਤਿਆਰੀ ਤੁਸੀਂ ਚੰਗੇ ਤੇ ਸਹੀ ਢੰਗ ਨਾਲ ਜ਼ਰੂਰ ਕਰਕੇ ਜਾਇਓ ਇਸ ਵਿੱਚ ਜਿਹੜੇ ਬੱਚੇ ਨੇ ਨਹੀਂ ਤਿਆਰੀ ਕੀਤੀ ਇਸ ਦੀ ਹੀ ਤਿਆਰੀ ਕਰ ਲੈਣਾ ਉਹ ਬਿਲਕੁਲ ਪਾਸ ਆ ਵਧੀਆ ਮਾਰਕਸ ਲੈ ਸਕਦਾ ਹੈ ਕਿਉਂਕਿ 15 ਤੋਂ 20 ਨੰਬਰ ਇਹਦੇ ਵਿੱਚੋਂ ਆਏਗਾ 10 ਤੋਂ ਨੰਬਰ 10 5 ਨੰਬਰ ਤਾਂ ਤੁਹਾਨੂੰ ਕਰਾ ਦੇਣਗੇ ਤੇ 5 ਨੰਬਰ ਤਾਂ ਤੁਸੀਂ ਨਕਲ ਮਾਰ ਲੈਣੀ ਆ ਤੇ ਵਧੀਆ ਆਰਾਮ ਨਾਲ ਤੁਹਾਡੇ 30 ਤੋਂ 35 ਨੰਬਰ ਆ ਜਾਣੇ ਆ 40 ਨੰਬਰ ਦਾ ਪੇਪਰ ਆ ਤਾ ஆல் தி ਬੈਸਟ ਫਾਰ ਯੂਰ ਐਗਜ਼ਾਮ ਅਗੇ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਵਿੱਚ ਦਲ ਖਾਲਸਾ ਦੇ ਉਥਾਨ ਦੇ ਕੀ ਕਾਰਨ ਸਨ ਇਹ ਪੰਜ ਪੰਜ ਪ điểm ਨੰਬਰ ਵਾਲੇ ਇਹਨਾਂ ਵਿੱਚ ਦੋ ਪ੍ਰਸ਼ਨ ਕਰਨੇ ਆ ਚਾਰ ਪ੍ਰਸ਼ਨ ਆਪਣ ਦਿੱਤੇ ਆ ਆਪਸ਼ਨਲ ਟਾਈਪ ਤੋਂ ਨੂੰ ਕੁਸ਼ਨ ਆਣਗੇ ਭਾਗ ਇਹਦੇ ਵਿੱਚ ਦੇਖ ਸਕਦੇ ਹੋ ਨਕਸ਼ੇ ਸਬੰਧੀ ਪ੍ਰਸ਼ਨ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕਰ ਲਿਓ ਰੀਡ ਤਾਂ ਆਈ ਸੀ ਅੱਜ ਦਾ ਵੀਡੀਓ ਤੇ ਵੀਡੀਓ ਕਿਵੇਂ ਲੱਗਿਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਆਲੀ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਿਓ ਅੱਗੇ ਵੀ ਤੁਹਾਡਾ ਰੀਅਲ ਪੇਪਰ ਜੇ ਅਪਲੋਡ ਹੋਇਆ ਹੈ ਹਿਸਟਰੀ ਦਾ ਕੱਲ ਦੇ ਦਿਨ ਐਤਵਾਰ ਦੇ ਦਿਨ ਤਾਂ ਅਸੀਂ ਜ਼ਰੂਰ ਅਪਲੋਡ ਕਰਾਂਗੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਜ਼ੋਰ ਸ਼ੇਅਰ ਕਰਨਾ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ ਜੈ ਹਿੰਦ ਵੰਦੇ ਮਾਤਰਮ